श्री आनंदपुर साहिब के किला आनंदगढ़ च दसवें पातशाह के विआह दीआं तैयारियां जोरां दे नाल चल रही ने। एस जी पी सी दे वल्लों ये तैयारियां करवाईआं जा रही ने। तुहानूं दस दईए कि इस स्थान ते धन धन श्री गुरु गोबिंद सिंह जी का विआह तई हाड़ सबमत 1734 ईस्वी नूं होया सी। गुरद्वारा पौड़ साहब भी इस धरती ते मौजूद है और उस वक्त तो लै के सतगुरां दा ਇਹ ਪਾਵਨ ਵਿਆਹ ਪੁਰਬ ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਜੀ ਵਿਖੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਹੀ ਸ਼ਰਧਾ ਸਤਿਕਾਰ ਔਰ ਚਾਹ ਦੇ ਨਾਲ ਮਨਾਇਆ ਜਾਂਦਾ ਹੈ। ਅੱਜ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਆਏ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਵਿਆਹ ਪੁਰਬ ਆ ਰਿਹਾ ਹੈ ਅਤੇ ਤਿਆਰੀਆਂ ਬੜੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਬਹੁਤ ਵਧੀਆ ਡੈਕੋਰੇਸ਼ਨ ਹੋਈ ਹੈ। ਸਾਨੂੰ ਬਹੁਤ ਵਧੀਆ ਲੱਗਿਆ ਜੀ। ਅਸੀਂ ਆਪਣੇ ਬੱਚੇ ਦੀ ਸੁਹਾਗੀ ਜੋੜੀ ਨਾਲ ਲੈ ਕੇ ਆਏ ਹਾਂ ਜੀ। ਇਹਨਾਂ ਦਾ ਸ਼ਾਦੀ ਹੋਈ ਆ ਜੀ ਹੁਣੇ ਹੁਣੇ। ਅਸੀਂ ਮਨੋਕਾਮਨਾ ਸਾਡੀ ਪੂਰੀ ਹੋਵੇ ਜੀ ਅਤੇ ਅਸੀਂ ਸਾਰਿਆਂ ਨੂੰ ਕਹਿੰਦੇ ਵੀ ਵਿਆਹ ਤੋਂ ਬਾਅਦ ਜ਼ਰੂਰ ਇੱਥੇ ਆਉਣ, ਆਪਣੀ ਮਨੋਕਾਮਨਾ ਪੂਰਨ ਕਰਨ, ਅਰਦਾਸ ਕਰਨ। ਗੁਰੂ ਮਹਾਰਾਜ ਦਾ ਵਿਆਹ ਪੁਰਬ ਇੱਥੇ ਹੋਇਆ। ਇੱਥੇ ਮਹਾਰਾਜ ਦਾ ਸਿਹਰਾ ਵੱਜਿਆ। ਅੱਗੇ ਗੁਰਦੁਆਰਾ ਸਾਹਿਬ ਹੈ, ਉੱਥੇ ਗੁਰੂ ਮਹਾਰਾਜ ਦੇ ਆਨੰਦ ਕਾਰਜ ਹੋਏ ਸੀ।